ਜੈਨ ਸਰ, ਸਰ ਆਪਣਾ ਨਾਮ ਤੇ ਅਹੁਦਾ ਪਲੀਜ਼ ਦੱਸਿਓ ਜੀ। ਜੈਨ ਸਰ, ਮੈਂ ਜਗਮੋਹਨ ਸਫਾਇਰ ਆਫਿਸਰ ਫਾਇਰ ਸਟੇਸ਼ਨ ਸਿਵਲ ਲਾਈਨ ਤੋਂ ਆਪਣੇ ਟੀਮ ਦੇ ਨਾਲ ਸਾਹਿਲ ਗਿੱਲ, ਸਾਰੀ ਜਿਹੜੀ ਟੀਮ ਆਪਣੀ ਫਾਇਰ ਫਾਈਟਰ ਨਾਲ ਆਏ। ਸਰ, ਇੱਥੇ NCC ਕੈਂਪ 'ਚ ਤੁਸੀਂ ਪਹੁੰਚੇ, ਮੇਨ ਮਨੋਰ 'ਤੇ ਇੱਥੇ ਕੀ ਆ ਜੀ? ਸਰ, ਇੱਥੇ ਆ ਗਏ ਜਿਹੜੇ NCC ਕੈਂਪ ਦੇ ਜਿਹੜੇ ਬੱਚੇ ਹੈਗੇ, ਉਹਨਾਂ ਨੂੰ ਅਸੀਂ ਫਾਇਰ ਸੇਫਟੀ ਸੰਬੰਧੀ ਉਹਨਾਂ ਨੂੰ ਜਾਗਰੂਕ ਕੀਤਾ, ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਦੀ ਕਿੰਨੀ ਕਲਾਸੀਫਿਕੇਸ਼ਨ ਦੀ ਫਾਇਰਿੰਗ ਹੁੰਦੀ ਹੈ ਅਤੇ ਕਿਸ ਤਰ੍ਹਾਂ ਅੱਗ ਦੇ ਉੱਤੇ ਕਾਬੂ ਪਾਉਣਾ। ਉਹਨਾਂ ਨੂੰ ਅਸੀਂ ਉਹ ਜਿਹੜਾ ਫਾਇਰ ਐਕਸਕਿਊਜ਼ਰੀ ਚਲਾ ਕੇ ਵਿਖਾਏ ਹੈ, ਉਹਨਾਂ ਨੂੰ ਅਸੀਂ ਪੂਰੀ ਜਿਹੜੀ ਫਾਇਰ ਸੇਫਟੀ ਦੇ ਸੰਬੰਧੀ ਪੂਰੀ ਹੀ ਜਾਣਕਾਰੀ ਦਿੱਤੀ ਹੈ। ਹਾਂਜੀ ਸਰ, ਮੈਂ ਦੇਖਦੇ ਹਾਂ ਬਹੁਤ ਵਧੀਆ ਢੰਗ ਨਾਲ ਤੁਸੀਂ ਭਾਸ਼ਣ ਦੇ ਕੇ ਔਰ ਡੈਮੋ ਦੇ ਕੇ ਸਾਰੇ ਬੱਚਿਆਂ ਨੂੰ ਸਮਝਾਇਆ, ਅਤੇ ਤੁਸੀਂ ਵਿਦਿਆਰਥੀਆਂ ਨੂੰ ਜਾਂ ਸ਼ਹਿਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਜਿਸ ਤਰ੍ਹਾਂ ਕਿਤੇ ਅੱਗ ਲੱਗ ਜਾਂਦੀ ਹੈ ਅਤੇ ਕਿਹੜੇ ਨੰਬਰ 'ਤੇ ਤਾਲਮੇਲ ਕਰ ਸਕਦੇ ਆ ਅਤੇ ਕਿਸ ਤਰ੍ਹਾਂ ਆਪਾਂ ਉਹਨੂੰ ਉਹਦੇ 'ਤੇ ਕਾਬੂ ਪਾ ਸਕਦੇ ਹਾਂ? ਸਰ, ਪਹਿਲੇ ਤਾਂ ਅਸੀਂ ਬੱਚਿਆਂ ਨੂੰ ਦੱਸਿਆ ਵੀ ਹੈਗਾ, ਉਹਨਾਂ ਨੂੰ ਪ੍ਰੈਕਟੀਕਲੀ ਕਰਕੇ ਵੀ ਦੱਸਿਆ, ਲੈਕਚਰ ਵੀ ਦਿੱਤਾ ਸੀ ਇਹਨਾਂ ਨੂੰ, ਦੱਸਿਆ ਬੱਚਿਆਂ ਨੂੰ ਵੀ ਜਦੋਂ ਵੀ ਕਿਤੇ ਇਨਕੇਸ ਅੱਗ ਲੱਗਦੀ ਹੈ, ਪੈਨਿਕ ਨਹੀਂ ਹੋਣਾ, ਭੱਜ ਦੌੜ ਨਹੀਂ ਕਰਨੀ, ਆਪਾਂ ਕਿੱਦਾਂ ਅੱਗ ਨੂੰ ਬੁਝਾਉਣਾ, ਕਿੱਦਾਂ ਕੰਟਰੋਲ ਕਰਨਾ, LPG ਗੈਸ ਦੀ ਅੱਗ ਹੈਗੀ ਹੈ ਜਾਂ ਕੋਈ ਵੀ ਹੈਗੀ ਹੈ ਨਾ ਜੀ। ਸ਼ਹਿਰ ਵਾਸੀਆਂ ਨੂੰ ਅਸੀਂ ਇਹੋ ਸੰਦੇਸ਼ ਦਿੰਦੇ ਹਾਂ ਵੀ ਜਦੋਂ ਵੀ ਕਿਤੇ ਅੱਗ ਲੱਗਦੀ ਹੈ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ, ਸਾਨੂੰ ਪ੍ਰੋਪਰ ਐਡਰੈਸ ਲਿਖਵਾ ਕੇ ਅਤੇ ਫਾਇਰ ਟੈਂਡਰ ਨੂੰ ਪਹਿਲ ਦੇ ਆਧਾਰ 'ਤੇ ਰਸਤਾ ਦਿੱਤਾ ਜਾਵੇ ਅਤੇ ਜੇ ਤਾਂ ਕਿ ਫਾਇਰ ਸਰਵਿਸ ਜਿਹੜੀ ਹੈ ਮੌਕੇ 'ਤੇ ਪਹੁੰਚ ਕੇ ਉੱਥੇ ਅੱਗ 'ਤੇ ਕਾਬੂ ਪਾ ਸਕੇ। ਦੂਜਾ ਐਮਰਜੈਂਸੀ ਜਿਹੜਾ ਸਾਡੇ ਨੰਬਰ ਹੈ, ਜਿਹੜਾ ਸਾਡਾ ਹੈੱਡਕੁਆਟਰ ਟਾਊਨ ਹਾਲ ਫਾਇਰ ਸਟੇਸ਼ਨ, ਉੱਥੇ ਨੰਬਰ ਸਰ ਐਮਰਜੈਂਸੀ ਨੰਬਰ 101, ਦੂਸਰਾ 0183 ਕੋਡ ਲਾ ਕੇ 2553-7666, 2541-11, ਔਰ ਇੱਧਰਲੇ ਪਾਸੇ ਜਿਹੜਾ ਨੀਅਰੈਸਟ ਹੈਗਾ ਜੀ ਸਿਵਲ ਲਾਈਨ ਫਾਇਰ ਸਟੇਸ਼ਨ ਜਿੱਥੋਂ ਅਸੀਂ ਆਈਏ ਪੂਰੀ ਟੀਮ, ਉੱਥੇ ਹੈਗਾ 0183-2562-12। ਅਗਰ ਬੇਰੀਗੇਟ ਇਲਾਕੇ ਦੇ ਵਿੱਚ ਅੱਗ ਲੱਗਦੀ ਹੈ, ਉੱਥੇ ਹੈਗਾ ਜੀ 0183-2546-1699 ਜੀ, ਅਤੇ ਗਰਵਾਲੀ ਗੇਟ ਇਲਾਕੇ ਦੇ ਵਿੱਚ ਅੱਗ ਲੱਗਦੀ ਹੈ, ਉੱਥੇ ਵੀ ਉਹੀ 0183-5257000 ਨੰਬਰ ਜਿਹੜਾ ਹੈ ਉੱਥੇ ਯੂਜ਼ ਕਰਕੇ ਅਤੇ ਫਾਇਰ ਟੀਮ ਨੂੰ ਬੁਲਾ ਸਕਦੇ ਹਾਂ, ਕਿਉਂਕਿ ਜਿਸ ਇਲਾਕੇ ਦੇ ਵਿੱਚ ਅੱਗ ਲੱਗਦੀ ਹੈ ਉਹ ਨੀਅਰੈਸਟ ਫਾਇਰ ਸਟੇਸ਼ਨ ਅਗਰ ਬੁਲਾਓਗੇ ਤਾਂ ਟਾਈਮ ਸਿਰ ਪਹੁੰਚੇਗਾ ਅਤੇ ਅਸੀਂ ਕਾਬੂ ਪਾਵਾਂਗੇ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ। ਜੈ ਹਿੰਦ। ਥੈਂਕ ਯੂ। ਜੈ ਹਿੰਦ।